ਇੱਧਰ ਨਿਊਜ਼ ਰਿਪੋਰਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜੋ ਤੁਸੀਂ ਪਾਣੀ ਦੇਖ ਰਹੇ ਹੋ, ਕਿਸੇ ਛੱਪੜ ਦਾ ਤਲਾਬ ਦਾ ਪਾਣੀ ਨਹੀਂ ਹੈ, ਸੀਵਰੇਜ ਦਾ ਗੰਦਾ ਪਾਣੀ ਹੈ। ਔਰ ਲੋਕ ਮੰਦਹਾਲੀ ਭਰੀ ਜ਼ਿੰਦਗੀ ਇੱਥੇ ਜੀ ਰਹੇ ਨੇ, ਔਰ ਮਹੱਲਾ ਸਤੋਹਗੜ੍ਹ ਦੇ ਜੋ ਨਿਵਾਸੀ ਨੇ ਸਾਡੇ ਨਾਲ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜੋ ਸਮੱਸਿਆ ਕਿੰਨੇ ਟਾਈਮ ਤੋਂ ਆ ਰਹੀ ਹੈ, ਜੋ ਕਿੰਨੇ ਟਾਈਮ ਤੋਂ ਆ ਰਹੀ ਹੈ? ਇਹ ਤਾਂ 20-25 ਸਾਲ ਹੀ ਹੋ ਗਿਆ ਆ, ਇੱਥੇ ਕਹਿੰਦਾ ਹੱਲ ਹੋਇਆ ਹੀ ਨਹੀਂ ਇਹਦਾ। ਦੇਖੋ ਜੀ, ਲੋਕ ਸਭਾ ਚੋਣਾਂ ਹੋ ਕੇ ਹਟੀਆਂ, ਇੱਥੇ ਕੋਈ ਵੋਟਾਂ ਮੰਗਣਾ ਸੀ? ਕੋਈ ਵੀ ਵੋਟਾਂ ਮੰਗਣ ਆਉਂਦੇ ਬਸ ਕਰ ਦਿਆਂਗੇ ਜੀ, ਕਰਦੇ ਬਸ, ਕੋਈ ਇਹਨਾਂ ਦੇ ਜੂਨ ਨਹੀਂ ਸਰਕਦੀ ਕੋਈ ਸਿਰ ਚ। ਵਾਅਦੇ ਤਾਂ ਬਹੁਤ ਹੁੰਦੇ, ਕਦੇ ਪੂਰੇ ਹੋਏ? ਵਾਅਦੇ ਕਦੇ ਵੀ ਨਹੀਂ ਪੂਰੇ ਹੋਏ, ਕੋਈ ਨਹੀਂ ਹੋਇਆ, ਚਾਹੇ ਐਮਐਲਏ ਦੀ ਵੋਟ ਹੈ ਤੇ ਚਾਹੇ ਐਮਪੀ ਦੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਸ ਅਸੀਂ ਇਹੀ ਚਾਹੁੰਦੇ ਵੀ ਸਾਡੇ ਮੁਹੱਲੇ ਦਾ ਪਾਣੀ ਦਾ ਨਿਕਾਸ ਹੋ ਜਾਏ। ਅਸੀਂ ਫਿਰ ਮਤਲਬ ਕਹਾਂਗੇ ਕਿ ਸਾਡਾ ਨਕੋਦਰ ਇੱਕ ਨੰਬਰ 'ਚ ਹੈ, ਇਹ ਅਸੀਂ ਕਹਾਂਗੇ ਕਿ ਨਕੋਦਰ ਸਾਡਾ ਇੱਕ ਨੰਬਰ 'ਚ ਹੈ। ਕੋਈ ਮੇਰੇ ਬਲੌਕ ਬੰਦ ਹੋਏ ਆ, ਦੇਖੋ ਤਾਂ ਪ੍ਰੈਸ ਰਿਪੋਰਟਰ ਮੁੰਡਾ ਹੈ, ਇਹੀ ਘਰ ਹੈ ਉਹਦਾ। ਕਿੰਨੀਆਂ ਅਸੀਂ ਫੋਟੋਆਂ ਪਾਉਂਦੇ ਹਾਂ, SDM ਨੂੰ ਸਵੇਰੇ ਉੱਠੇ ਹੀ ਫੋਟੋ ਭੇਜ ਦਿੰਦੇ ਹਾਂ, ਤਾਂ ਸਾਡੇ ਇੱਥੇ ਆ ਕੇ ਪੰਪ ਲੱਗਦਾ, ਪੰਪ ਡੇਲੀ ਲੱਗਦਾ, ਪੰਪ ਕੋਈ ਸਾਧਨ ਨਹੀਂ ਗਾ, ਪੰਪ ਦਾ ਕੋਈ ਇਹਦਾ ਸਾਧਨ ਨਹੀਂ ਹੈ। ਉੱਥੇ ਉੱਥੇ ਮਤਲਬ ਪਾਣੀ ਕੱਢਿਆ ਨਿਕਲ ਗਿਆ, ਕੋਈ ਇਹਦਾ ਪ੍ਰੋਪਰ ਮਤਲਬ ਕੋਈ ਇਹਦਾ ਹੱਲ ਹੋਵੇ ਪਾਣੀ। ਅਮੂਰੇ ਨਾਲਾ ਬੰਦ ਕੀਤਾ ਪਿਆ, ਕਾਂਗਰਸ ਬੰਦੇ ਆ ਉਹ ਨਾਲਾ ਬੰਦ ਕੀਤਾ ਪਿਆ, ਕਿਉਂ ਬੰਦ ਕੀਤਾ ਪਿਆ ਸਾਨੂੰ ਨਹੀਂ ਸਮਝ ਲੱਗਦੀ। ਦੱਸੋ ਅਸੀਂ ਕਿਹਦੇ ਅੱਗੇ ਰੋਈਏ, ਸਾਡੇ ਤਾਂ ਰੋ ਰੋ ਕੇ ਅੱਖਾਂ 'ਚੋਂ ਹੰਝੂ ਵੀ ਖਤਮ ਹੋ ਗਏ। ਸਾਡੀ ਤਾਂ ਇਹੀ ਬੇਨਤੀ ਆ ਸਾਡੇ ਮੁਹੱਲੇ ਦਾ ਨਿਕਾਸ ਪਾਣੀ ਦਾ ਹੋ ਜਾਵੇ। ਬੱਚੇ ਵੀ ਸਕੂਲ ਨਹੀਂ ਜਾਂਦੇ ਆ, ਸਾਰੇ ਭੱਜ ਕੇ ਜਾਂਦੇ ਆ, ਆਉਂਦੇ ਆ ਭੱਜ ਕੇ ਆਉਂਦੇ ਆ, ਕਿੱਥੇ ਜਾਈਏ? ਕਈ ਵਾਰੀ ਬੁੱਕਾਂ ਖਰਾਬ ਹੋਈਆਂ ਬੱਚਿਆਂ ਦੀਆਂ, ਡੈਗ ਵਟੇ ਨਿਆਣੇ ਇੱਥੇ ਬੱਚਿਆਂ ਦੇ ਵੀ ਇੱਥੇ ਨਾਲ। ਹਾਂਜੀ, ਕਿੰਨੇ ਟਾਈਮ ਤੋਂ ਜੋ ਸਮੱਸਿਆ ਹੈ, ਕਿੰਨੇ ਟਾਈਮ ਤੋਂ ਆ ਰਹੀ ਹੈ? ਕਾਫੀ ਅਰਸੇ ਤੋਂ ਸਮੱਸਿਆ ਜੀ, ਮੁੱਲਾ ਸੰਤੋਖਗੜ੍ਹ ਦੀ, ਅਤੇ ਮੇਰਾ ਖਿਆਲ ਕੋਈ ਘੱਟੋ ਘੱਟ 5 ਸਾਲ ਹੋ ਗਿਆ ਹੁਣ ਇਹ ਸਮੱਸਿਆ ਨੂੰ। 25 ਸਾਲ ਹੀ ਹੋ ਗਿਆ ਜੀ, 25 ਸਾਲ ਜਿਹੜੀ ਮੇਨ ਦਿੱਕਤ ਸਾਨੂੰ ਪਰੇਸ਼ਾਨੀ ਆ ਰਹੀ ਹੈ, 5 ਸਾਲ ਤੋਂ ਆ ਰਹੀ ਹੈ ਲਗਾਤਾਰ। ਜਿਹੜਾ ਪਾਣੀ ਮੁਹੱਲੇ ਦੇ ਅੰਦਰ ਆ ਰਿਹਾ ਹੈਗਾ, ਸੀਵਰੇਜ ਦਾ ਪਾਣੀ ਵੀ ਆ ਰਿਹਾ ਹੈਗਾ, ਨੀਹਾਂ ਵਿੱਚ ਜਾ ਰਿਹਾ ਹੈਗਾ, ਔਰ ਇਹਦੀ ਹਾਲਤ ਇੰਨੀ ਮੁਹੱਲੇ ਦੀ ਪਤਲੀ ਹੋ ਚੁੱਕੀ ਹੈਗੀ, ਅਸੀਂ ਨਰਕ ਦੀ ਜ਼ਿੰਦਗੀ ਭੋਗ ਰਹੇ ਹਾਂ। ਅਸਲੀਅਤ ਮੈਂ ਇਹਨਾਂ ਵਿੱਚ ਜੇ ਦੱਸਿਆ ਜਾਵੇ, ਲਿਖਿਆ ਜਾਵੇ ਜਾਂ ਗੌਰਮੈਂਟ ਨੂੰ, ਗੌਰਮੈਂਟ ਨੂੰ ਅਸੀਂ ਬਹੁਤ ਵਾਰੀ ਲਿਖ ਵੀ ਚੁੱਕੇ ਹਾਂ ਅਤੇ ਬੇਨਤੀਆਂ ਵੀ ਕਰ ਚੁੱਕੇ ਹਾਂ, ਲੇਕਿਨ ਸਾਡੇ ਕੋਈ ਸੁਣਵਾਈ ਕਿਸੇ ਪਾਸੇ ਨਹੀਂ ਹੋ ਰਹੀ। ਇਸ ਸੰਬੰਧ ਦੇ ਵਿੱਚ ਸੀਵਰੇਜ ਬੋਰਡ ਵਾਲਿਆਂ ਨੂੰ ਵੀ ਰਿਕੁਐਸਟ ਕੀਤੀ ਹੈ, ਬੇਨਤੀ ਕੀਤੀ ਹੈ, ਆਪਣੇ MLA ਸਾਹਿਬ ਬਡਾਲਾ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ, ਲੇਕਿਨ ਕੋਈ ਵੀ ਅਧਿਕਾਰੀ ਕਰਮਚਾਰੀ ਜਾਂ ਕੋਈ ਮਹਿਕਮਾ ਸਾਡੀ ਇਸ ਸਮੱਸਿਆ ਨੂੰ ਹੱਲ ਕਰਨ ਵਾਸਤੇ ਕੋਈ ਵੀ ਤਿਆਰ ਨਹੀਂ ਹੈ। ਅਤੇ ਬੇਨਤੀ ਇਹ ਹੈ ਕਿ ਸਾਡੀ ਜਿਹੜੀ ਟੀਮ ਆਈ ਹੈਗੀ ਹੈ, ਅਸੀਂ ਇਹਦਾ ਧੰਨਵਾਦ ਹੀ ਕਰਦੇ ਹਾਂ ਕਿ ਵਿਚਾਰੇ ਆਪਣਾ ਟਾਈਮ ਕੱਢ ਕੇ ਆਏ ਹੈਗੇ ਮੁਹੱਲੇ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ, ਅਤੇ ਅਸੀਂ ਇਹਨਾਂ ਦਾ ਸ਼ੁਕਰਾਨਾ ਕਰਦੇ ਹਾਂ ਕਿ ਮੁਹੱਲਾ ਸੰਤੋਖਗੜ੍ਹ ਦੇ ਵਿੱਚ ਅਸੀਂ ਖੜ੍ਹੇ ਹਾਂ। ਅਤੇ ਬੇਨਤੀ ਇਹ ਹੈ ਕਿ ਕਿਸੇ ਵੀ ਤਰੀਕੇ ਨਾਲ ਇਸ ਪਾਣੀ ਦੇ ਸਮੱਸਿਆ ਦਾ ਹੱਲ ਕੀਤਾ ਜਾਵੇ, ਤਾਂ ਜੇ ਅਸੀਂ ਆਪਣੀ ਵੀ ਜਿਹੜੀ ਦੂਜਿਆਂ ਦੀ ਜ਼ਿੰਦਗੀ ਵਾਂਗ ਅਸੀਂ ਵੀ ਆਪਣੀ ਜ਼ਿੰਦਗੀ ਜੀ ਸਕੀਏ। ਅਤੇ ਮੈਂ ਇਸ ਕਰਕੇ ਬੇਨਤੀ ਕਰੂੰਗਾ ਸਰਕਾਰ ਨੂੰ ਵੀ ਕਿ ਸਾਡੀ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ, ਕਿਉਂਕਿ ਪਾਣੀ ਜਿਹੜਾ ਹੈਗਾ ਸਾਡੇ ਤਕਰੀਬਨ ਰੋਜ਼ ਹੀ ਆ ਜਾਂਦਾ, ਅਤੇ ਸੀਵਰੇਜ ਬੋਰਡ ਵਾਲੇ ਲਾਉਂਦੇ ਆ, ਪਰ ਉਹਦਾ ਅਸਰ ਕੋਈ ਨਹੀਂ ਹੋ ਰਿਹਾ ਕਿਸੇ ਵੀ ਪਾਸੇ। ਗਟਰ ਜਿਹੜੇ ਹੈਗੇ ਵੀ ਸਾਰੇ ਭਰੇ ਪਏ, ਉਹਨੂੰ ਵੀ 2 ਸਾਲ ਹੋ ਗਿਆ, ਕੋਈ ਵੀ ਕੋਈ ਉਹਨੂੰ ਮਤਲਬ ਵੀ ਕੋਈ ਸੀਵਰੇਜ ਸਫਾਈ ਕਰਨ ਵਾਸਤੇ ਕੋਈ ਨਹੀਂ ਆ ਰਿਹਾ। ਇਹ ਦਿੱਕਤ ਹੈ, ਇੰਨਾ ਮੱਲਾ ਹੈਗਾ ਕਿ ਵੈਸੇ ਵੀ ਕਮਜ਼ੋਰ ਦਲਿਤ ਵਰਗ ਦੇ ਲੋਕ ਜ਼ਿਆਦਾ ਰਹਿੰਦੇ ਆ। ਦੁਕਾਨਾਂ ਵਾਲਿਆਂ ਨੇ ਆਪੋ ਆਪਣੇ ਦੁਕਾਨ ਦੇ ਮੂਹਰੇ ਡਬਲ ਡਬਲ ਨਾਲੀ ਉੱਤੇ ਸਲੈਪਾਂ ਪਾ ਕੇ ਤਾਂ ਪਾਣੀ ਬੰਦ ਕੀਤਾ ਪਿਆ। ਜੇ ਉਹਨੂੰ ਕਹਿੰਦੇ ਤੋੜੀ ਕੌਣ ਤੋਂ ਪਹਿਲਾਂ ਤੁਸੀਂ ਉਹਨੂੰ ਮਤਲਬ ਉਸ ਥੱਲਿਓਂ ਅੱਪ ਕਰਕੇ ਤਾਂ ਉੱਥੇ ਲੈਂਟਰ ਪਾ ਕੇ ਆਪਣੇ ਕੰਮ ਚਾਲੂ ਕਰੋ। ਕਮੇਟੀਆਂ ਦਾ ਕੋਈ ਅਧਿਕਾਰ ਨਹੀਂ ਇਹਦੇ ਵਿੱਚ, ਕਮੇਟੀ ਵਾਲੀਆਂ ਬਿਲਡਿੰਗਾਂ ਢਾਉਂਦੇ ਆ, ਅਤੇ ਆਪਣੀ ਦੁਕਾਨਾਂ ਦੇ ਮੂਹਰੇ ਜਿਹੜੇ ਉਹ ਪਲੇਟਫਾਰਮ ਬਣਾਏ ਉਹ ਨਹੀਂ ਢਾ ਸਕਦੇ। ਮਹੱਲਾ ਸੰਤੋਖਗੜ੍ਹ ਜੋ ਹੈ, ਗਲੀਆਂ ਨੇ ਛੱਪੜ ਦਾ ਰੂਪ ਧਾਰਨ ਕਰ ਚੁੱਕੀਆਂ, ਔਰ ਸਮਾਜ ਸੇਵਕ ਗੌਰਵ ਜੈਨ ਸਾਡੇ ਨਾਲ ਜੋ ਲੰਬੇ ਟਾਈਮ ਤੋਂ ਲੋਕਾਂ ਨੂੰ ਇਨਸਾਫ਼ ਦਿਵਾਉਣ ਦੇ ਲਈ
ਸੰਘਰਸ਼ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਮੈਂ NRI ਨਿਊਜ਼ ਦਾ ਬਹੁਤ ਧੰਨਵਾਦੀ ਹਾਂ ਕਿ ਜਿਹੜੀ ਇਹ ਸਮੱਸਿਆ ਨੂੰ ਇਹਨਾਂ ਨੇ ਪੂਰੇ ਪੰਜਾਬ 'ਚ ਪੂਰੇ ਹਿੰਦੁਸਤਾਨ 'ਚ ਉਜਾਗਰ ਕਰ ਰਹੇ ਨੇ। ਮਹੱਲਾ ਸੰਤੋਖਗੜ੍ਹ ਵਾਰਡ ਨੰਬਰ 4 ਦੇ ਨਿਵਾਸੀ ਜਿਹੜੇ ਆ ਇਹ ਪਿਛਲੇ ਲਗਭਗ 3 ਸਾਲ ਤੋਂ ਨਰਕ ਦੀ ਜ਼ਿੰਦਗੀ 'ਚ ਮਦਾਜ ਆ। ਇਹ ਜਿਹੜਾ ਏਰੀਆ ਵਾ ਇੱਥੇ ਲਗਾਤਾਰ 3 ਸਾਲ ਤੋਂ ਇਹੀ ਹਾਲ ਆ ਪਾਣੀ ਦਾ। ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਜਾ ਰਿਹਾ। ਇਸ ਸੰਬੰਧ ਦੇ ਵਿੱਚ ਈਓ ਨਗਰ ਕੌਂਸਲ ਨੂੰ ਲੈ ਕੇ SDO ਸੀਵਰੇਜ ਬੋਰਡ, JE ਸੀਵਰੇਜ ਬੋਰਡ ਔਰ ਉੱਚ ਅਧਿਕਾਰੀ ਜਿਹੜੇ ਸੀਵਰੇਜ ਬੋਰਡ ਦੇ ਆ ਕਈ ਵਾਰੀ ਉਹਨਾਂ ਨੂੰ ਅਸੀਂ ਮੰਗ ਕਰ ਚੁੱਕੇ ਹਾਂ, ਫਰਿਆਦ ਕਰ ਚੁੱਕੇ ਹਾਂ, ਪਰ ਕੋਈ ਵੀ ਸੁਣਵਾਈ ਜਿਹੜੀ ਆ ਮਹੱਲਾ ਨਿਵਾਸੀਆਂ ਦੀ ਨਹੀਂ ਹੋ ਰਹੀ, ਨਾ ਹੀ ਸਾਡੀ ਹੋ ਰਹੀ ਆ। ਹੁਣ ਮਹੱਲਾ ਨਿਵਾਸੀਆਂ ਕੋਈ ਹੱਲ ਆ ਵੀ ਇਸ ਸੰਬੰਧ ਦੇ ਵਿੱਚ ਜਲਦ ਤੋਂ ਜਲਦ ਜਿਹੜੇ ਆ ਇਹ ਧਰਨਾ ਵੀ ਲਾਇਆ ਜਾਊਗਾ। ਪਰ ਜੋ ਹਾਲਾਤ ਨਕੋਦਰ ਸਾਰੇ ਸ਼ਹਿਰ ਦੇ ਆਪਾਂ ਕਹੀਏ ਸੀਵਰੇਜ ਬੋਰਡ ਨਗਰ ਕੌਂਸਲ ਦੇ ਬਹੁਤ ਹੀ ਬੁਰਾ ਹਾਲ ਹੋ ਚੁੱਕਾ। ਨਾਲੀਆਂ ਦੇ ਵਿੱਚ ਸੀਵਰੇਜ ਦਾ ਓਵਰਫਲੋ ਹੋ ਕੇ ਪਾਣੀ ਜਿਹੜਾ ਵਾ ਲੋਕਾਂ ਦੇ ਘਰਾਂ ਜਾ ਰਿਹਾ ਵਾ ਔਰ ਪੀਣ ਵਾਲੇ ਪਾਣੀ ਜਿਹੜਾ ਵਾ ਸਵੱਛ ਆਪਾਂ ਦਿੰਦੇ ਹਾਂ ਪਾਣੀ ਪੀਣ ਵਾਸਤੇ ਉਹਦੇ ਵਿੱਚ ਵੀ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੋ ਕੇ ਲੋਕਾਂ ਦੇ ਘਰਾਂ ਜਾ ਰਿਹਾ, ਜਿਹੜਾ ਕਿ ਜਲਦੀ ਜਲਦੀ ਨਕੋਦਰ ਸ਼ਹਿਰ ਦੇ ਵਿੱਚ ਬਹੁਤ ਭਿਅੰਕਰ ਬਿਮਾਰੀਆਂ ਦੇ ਕਗਾਰ ਨਕੋਦਰ ਪਹੁੰਚ ਚੁੱਕਾ ਵਾ ਸਿਰਫ ਇਸ ਗੰਦੇ ਪਾਣੀ ਕਰਕੇ। ਅਸੀਂ ਇਸ ਗੱਲ ਦੀ ਮੰਗ ਕੈਪਟਨ ਅਮਰਿੰਦਰ ਮੁੱਖ ਮੰਤਰੀ ਪੰਜਾਬ ਕੋਲ ਕਰਦੇ ਹਾਂ ਵੀ ਇੱਦਾਂ ਦਾ ਡਿਪਾਰਟਮੈਂਟ ਜਿਹੜਾ ਸਾਨੂੰ ਤੁਸੀਂ ਇਹ ਦਿੱਤਾ ਵਾ ਇਹ ਸੰਤਾਪ ਅਸੀਂ ਭੋਗ ਰਹੇ ਹਾਂ ਸ਼ਹਿਰ ਨਿਵਾਸੀ। ਕਿਸੇ ਨੇ ਵੀ ਇਸ ਗੱਲ 'ਤੇ ਧਿਆਨ ਸਮੱਸਿਆ ਵੱਲ ਗੌਰ ਨਹੀਂ ਕੀਤਾ ਵੀ ਲੋਕਾਂ ਦੀ ਜਿਹੜੀ ਦਿਨ ਚਰਿਆ ਕਿੱਦਾਂ ਨਿਕਲਦੀ ਹੋਊਗੀ। ਸਕੂਲ ਦੇ ਬੱਚੇ ਛੋਟੇ ਛੋਟੇ ਜਿਹੜੇ ਪੈਦਲ ਇਸ ਗੰਦੇ ਪਾਣੀ 'ਚ ਨਿਕਲ ਕੇ ਜਾਂਦੇ ਆ ਔਰ ਲੋਕਾਂ ਨੇ ਕਰਿਆ ਡੇਲੀ ਇਹ ਗੰਦਾ ਪਾਣੀ ਅੰਦਰ ਐਂਟਰ ਕਰਦਾ, ਕੋਈ ਵੀ ਹਾਲੇ ਸਮੱਸਿਆ ਨਹੀਂ ਹੋ ਰਿਹਾ ਪਿਛਲੇ 3 ਸਾਲ ਤੋਂ। ਅਤੇ ਭਾਅ ਜੀ MC ਦਾ ਇੱਕ ਅਹਿਮ ਰੋਲ ਹੁੰਦਾ, ਉਹਨਾਂ ਦੇ ਇਸ ਬਾਰੇ ਕੀ ਕਹਿੰਦੇ? ਦੇਖੋ MC ਤੁਸੀਂ ਉਹ MC ਨੂੰ ਪੁੱਛੋ ਜੀ, ਮੈਂ ਤਾਂ ਨਹੀਂ ਦੱਸ ਸਕਦਾ। ਤੁਸੀਂ ਕਦੇ ਮਿਲਿਆ ਉਹਨਾਂ ਨੂੰ? ਨਹੀਂ, ਮੈਂ ਦੇਖੋ ਐਜ਼ ਏ ਸੋਸ਼ਲ ਵਰਕਰ ਉਹਨਾਂ ਨਹੀਂ ਮਿਲਿਆ, ਪਰ ਮੈਂ ਇਸ ਸੰਬੰਧ ਦੇ ਵਿੱਚ ਜਿੰਨੇ ਵੀ ਸੀਨੀਅਰ ਅਧਿਕਾਰੀ ਹੈ ਇਹ ਸਮੱਸਿਆ ਨੂੰ ਹੱਲ ਕਰਨ ਵਾਸਤੇ EO ਤੋਂ ਲੈ ਕੇ ਸੀਵਰੇਜ ਬੋਰਡ ਦੇ JE SDO XCN SC ਔਰ CEO ਤੱਕ ਇਹ ਮੰਗ ਪਹੁੰਚਾਈ ਆ ਵੀ ਇਹ ਜਲਦੀ ਜਲਦੀ ਠੀਕ ਹੈ। ਇਸ ਸੰਬੰਧ ਦੇ ਵਿੱਚ ਕਈ ਵਾਰੀ ਨਿਊਜ਼ ਅਖਬਾਰਾਂ ਵਿੱਚ ਵੀ ਪਬਲਿਸ਼ ਹੋ ਚੁੱਕੀ ਆ ਪਰ ਇਹਨਾਂ ਦੇ ਕੰਨ 'ਤੇ ਜੂ ਨਹੀਂ ਰਿੰਗਦੀ। ਕੋਈ ਵੀ ਅਧਿਕਾਰੀ ਜਿਹੜਾ ਸੀਵਰੇਜ ਬੋਰਡ ਦਾ ਨਾ ਨਗਰ ਕੌਂਸਲ ਦਾ ਇਹ ਮੁਹੱਲੇ ਨੂੰ ਉਹਨਾਂ ਲਿਬਾਸ ਬਣਾਇਆ ਹੋਇਆ ਵਾ। ਅਸੀਂ ਇਸ ਮੁਹੱਲੇ ਨਾਲ ਹਾਂ ਹਮੇਸ਼ਾ ਹੀ, ਜਦੋਂ ਸਾਨੂੰ ਸਾਦੇ ਅਸੀਂ ਪਹੁੰਚਦੇ ਹਾਂ ਔਰ ਇਸ ਸਮੱਸਿਆ ਦੀ ਹੱਲ ਕਰਨ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਹਾਂ, ਪਰ ਹਰ ਵਾਰੀ ਇਹ ਦਿਖਾਵਾ ਕਰਕੇ ਚਲੇ ਜਾਂਦੇ ਆ। ਇਹ ਇੱਕ ਵਾਰੀ ਇੰਜਨ ਲਾ ਤਾ ਪਾਣੀ ਨਿਕਲ ਗਿਆ ਮੁੜ ਕੇ ਘਰ ਨੂੰ ਚਲੇ ਜਾਂਦੇ ਆ, ਕੋਈ ਵੀ ਪੁੱਛਗਿੱਛ ਨਹੀਂ ਇਸ ਏਰੀਏ ਦੀ ਹੈਗੀ। ਇਹ ਵਾਰਡ ਨੰਬਰ 4 ਮੈਂ ਕਹੂੰਗਾ ਨਕੋਦਰ ਦਾ ਸਭ ਤੋਂ ਮਾੜੀ ਕੰਡੀਸ਼ਨ ਇਸ ਮੁਹੱਲੇ ਦੀ ਆ, ਇਹ ਲੋਕ ਕਿੱਦਾਂ ਜੀ ਰਹੇ ਸਾਨੂੰ ਪਤਾ। ਇਹ ਤਾਂ ਅਸੀਂ ਗੌਰਵ ਜੰਗ ਦੱਸਿਆ ਕਿ ਜੋ ਸੀਵਰੇਜ ਪਾਣੀ ਦੀ ਜੋ ਸਮੱਸਿਆ ਲੰਮੇ ਸਮੇਂ ਤੋਂ ਆ ਰਹੀ ਹੈ, ਕਈ ਵਾਰ ਕਈ ਉੱਚ ਅਧਿਕਾਰੀ ਨੂੰ ਮਿਲੇਗਾ ਪਰ ਸੁਣਵਾਈ ਨਹੀਂ ਹੋਈ। ਕੈਮਰਾ ਪਰਸਨ ਦਵਿੰਦਰ ਦਾ ਹਰਦੀਪ ਸਿੰਘ ਨਕੋਦਰ ਨਿਊਜ਼ ਰਿਪੋਰਟ।